अपने आप झाड़न लग पी नहाना चाहिए वा अच्छा सोहनी कुड़ी नहाती हो सोहने शैंपू ने करके जो तौलिया मार दी अद्धा मल्ला फ्रैश हो जाता इन्ह दियां औरतां इन्हां दे घर तौलिया नहीं नहा के निकल दियां सोच चुंगलां बहुत जी जान आ की पाया इतनी बड़ी भैन मैं लाचा पाया इतने लाचा कहीं उ मक्खू वाले ला के ना कहीं क्यों उ सरैगी बोलते ने तू कहना लाचा उन्हें कहना मुड़ ला चा असा बार चाह लैन कहते हूं पा चाह चाह ही गल सही शर्म करो ताड़िया धियां आ गई है शर्म कर कोई तो खोमड़ा वेख ला साल उम्र वेख अपनी वेख एवं कुड़ी लबेड़ नहीं है तू कुछ नहीं कर सकता पुत्र बाहर दे मुल्क व्याहे तेरी इको ही भैन होगी हड़प्पे पठे ते फसी किसे ना हड़प्पा नहीं छड़ना मेरी जान हैरान हो मर्द आले हो गए टीवी देख सो खेडो कुछ नहीं हुंदा जे आ गए शुक्र कर सोहनिया कुड़िया को खलोना सालिया तेरिया भैन एडिया बुरी कां पुरखा पा के रोटी चुकता इना हिलणगे हिलणगे एक बार यदि भैन उत्ते चुनी लैके तो आटा गुंधन दई उन्होंने जिन चुकन आ गया जिन्हें सामने करता यदि भैन ने कुंड चुकया जिन अपनिया तो छड़ गया तो सारे जिन सी तेरा वड्डा भरा सी छड़ के गया तेरे घर नाई आया देख पकाउण वास्ते उन्हें चौल चूल फड़ के ना कहता लो जी छोले धो लो सारिया औरतां बाथरूम मेरे नाल भी ने तेरी भैन भाई ओ सादियां औरतां इन्हां दियां औरतां बूहे च खलोतियां गली चो तमाकू वाला लंघिया कहिंदा बीबी तमाकू लैणा कहिंदी लै ते लैंदियां ने भुर जाणा अज कल सुण विसालिया भुर गई उक्के च फारशों में पतड़ लगे लंदी एक्चुअली मैंने इस्लामाबाद जाना था अपने वालपुर मुल कोणे इहदियां भैणां सिद्धा भुजदियां मखौणे हकीम किते करे ता भला भाई मेरी भैण दा खुड्डा इन्हां नूं इन्हां नूं भावें सच्ची गल दसी जाए इन्हें कहड़ा गुस्सा करना ये विआह तो बाद ना चला कराची साल के बाद अपनी बुढ़ी ने ना इत्थे बतक बना के कराची चला गया वो कितने पिछों किसी ने सैट हो गई उन्हें तीन चार जफ्फिया पाइया बतक मिट गई उधरों यदा फोन आ गया मैं आ रहा उन्हें गाली जा इधर बतक बना ली आके कहता बतक किधर आई आ कहीं चुप करो
पानी वाला जानवर है, कभी इधर कभी इधर। ਇਹ ਸਾਲਾ ਪਹਿਲਾਂ ਕਮਾਲ ਲੈਣਾ ਚਾਹੁੰਦਾ ਸੀ, ਸਾਰੇ ਕਮਾਲ ਪਾ ਲਈ ਕਹਿੰਦੇ ਤੇਰਾ ਇਸ਼ਕ ਮੇਰੇ ਅੰਦਰ ਬੜਿਆ, ਤੇਰਾ ਇਸ਼ਕ ਮੇਰੇ ਅੰਦਰ ਬੜਿਆ, ਇਹ ਸਾਲਾ ਇਸ਼ਕ ਭੁੱਲ ਗਿਆ ਇਹ ਗਈ ਆ, ਤੇਰਾ ਮੇਰੇ ਅੰਦਰ ਬੜਿਆ, ਤੇਰਾ ਮੇਰੇ ਅੰਦਰ ਬੜਿਆ, ਤੇਰਾ ਤੇਰਾ ਭਾਈ ਉਹਦੀ ਕਵਾਲੀ ਆਉਂਦੀ ਪਤਾ ਨਹੀਂ ਲੱਗਦਾ, ਛੇ ਸੱਤ ਬੰਦੇ ਤੇ ਇਹੀ ਆਵਾਜ਼ ਆਉਂਦੇ ਮੇਰੇ ਅੰਦਰ ਬੜਿਆ, ਮੇਰੇ ਇਹ ਪਿੱਛੇ ਮੈਨੂੰ ਕਹਿੰਦਾ ਉਹ ਬਸ ਕਰਦੇ ਸਾਡੇ ਵੱਲ ਵੀ ਆਉਂਦੇ ਥੋੜ੍ਹਾ ਜਿਹਾ ਬਣਾਈ ਸਾਲਾ ਲਾਹੌਰ ਗਿਆ, ਕਿਸੇ ਨੂੰ ਪੁੱਛਿਆ ਕਲਮਾ ਚੌਂਕ ਤੇ ਕਹਿੰਦਾ ਪਤਾ ਨਹੀਂ ਮੇਰਾ ਸਾਈ ਨਹੀਂ ਬੱਕਰੀ ਲਵਾਈ ਮੈਂ ਦੱਸਿਆ ਕਿਸੇ ਤੇਰੇ ਜੋੜ ਤੇ ਲਾ ਲਾ ਬੱਕਰੀ ਲਵਾਈ ਤੇ ਵੇਖ ਲਾਈ ਅਜੇ ਦਿਨ ਪਹਿਲੇ ਦਿਨ ਐਨਕ ਲੱਗਣੀ ਸੀ ਨਾ ਮੈਨੂੰ ਕਹਿੰਦਾ ਨਜ਼ਦੀਕ ਨਜ਼ਰ ਨਹੀਂ ਆਉਂਦਾ ਮੈਨੂੰ ਐਨਕ ਲਵਾ ਕੇ ਲਿਆ ਮੋਟਰਸਾਈਕਲ ਦੇ ਪਿੱਛੇ ਪਾਇਆ ਜਾ ਕੇ ਉੱਥੇ ਐਨਕ ਲਵਾਈ ਤੈਨੂੰ ਹਰ ਚਾਹ ਨੇੜੇ ਲੱਗਣ ਦੀ ਮੈਨੂੰ ਕਹਿੰਦਾ ਗੱਡੀ ਮੈਂ ਚਲਾਵਾਂ ਮੋਟਰਸਾਈਕਲ ਚਲਾਉਂਦੇ ਆ ਚੌਕ ਦੂਰ ਸੀ ਪਹਿਲੇ ਮੋੜ ਕੇ ਕੰਧ ਚ ਮਾਰ ਲਈ ਬਸ ਸਾਲੇ ਆ ਰੱਬੀ ਆ ਕੁੜੀ ਆ ਕੁੜੀ ਰਾਤੀ ਤੜਫੀ ਜਾਵੇ ਕਿਆ ਆ ਵੀ ਮਰ ਗਈ ਆ ਵੀ ਮਰ ਗਈ ਮੈਂ ਕਿਹਾ ਕੀ ਹੋਇਆ ਕਹਿੰਦੇ ਕਿ ਤਮਾਸ਼ਬੀਨ ਤਾਰਾ ਮੇਰਾ ਤੇ ਤੇਲ ਲਾ ਕੇ ਆ ਗਿਆ ਉਹ ਉਦੋਂ ਤੇਲ ਦਾ ਸਾੜ ਸੀ ਜਦੋਂ ਤੂੰ ਮੂੰਹ ਗੋਲ ਕਰਕੇ ਫੂਕਾ ਮਾਰਨ ਦਿਆ ਸੀ ਉਹ ਤੇਲ ਦਾ ਸਾੜ ਸੀਗਾ ਅੱਛਾ ਇਹਦੀ ਗੱਲ ਤੁਹਾਨੂੰ ਬੜੀ ਸਮਝ ਆਉਂਦੀ ਹੈ ਨਾ ਸਾਲਾ ਪਰਸੋਂ ਸ਼ੋਅ ਕਰਕੇ ਜਾਣ ਦਿਆ ਤੇ ਡਾਕੂ ਪੈ ਗਏ ਉਹਨੇ ਸੋਨੇ ਦੀ ਚੈਨ ਵੀ ਲਵਾ ਲਈ ਮੋਬਾਈਲ ਵੀ ਖੋਲਿਆ ਪਰਸ ਵੀ ਮੈਂ ਕਿਹਾ ਕੀ ਹੋਇਆ ਕਹਿੰਦਾ ਮੈਨੂੰ ਰਾਤੀ ਚੋਰ ਪੈ ਗਏ ਸਾਰੀਆਂ ਚੀਜ਼ਾਂ ਖੋਲੀਆਂ ਮੈਂ ਕਿਹਾ ਤੇਰੇ ਕੋਲ ਜਿਹੜਾ ਪਿਸਤੌਲ ਸੀ ਕਹਿੰਦਾ ਉਹ ਮੈਨੂੰ ਖੋਲਿਆ ਨਹੀਂ ਤੇ ਉਹ ਵੀ ਖੋਲਣਾ ਸੀ ਉਦੋਂ ਇੰਨਾ ਤਾਂ ਹੀ ਆ ਸਾਡਾ ਦਾਬ ਸਾਦਾ ਜਿਹਾ ਹੀ ਆ ਹਾਏ ਹਾਏ ਬਿਸਮਿਲਲਾ ਬਿਸਮਿਲਲਾ ਆ ਜਾ ਡਰਾਮੇ ਤੇ ਲੇਟ ਹੋਣਾ ਨਿਰਾ ਕੁਫਰ ਆ ਹੁਣ 6 ਗਾਣੇ ਲਾ ਕੇ ਕੁੜੀਆਂ ਨੂੰ ਭਰਾ ਪੈਸੇ ਲੈਣ ਆਇਆ ਖੜਾ ਆਇਆ ਬਾਹਰ ਉਹ ਦੇਖ ਕੇ ਆ ਤੂੰ ਬਾਹਰ ਆਇਆ ਸਾਲਿਆ ਕੋਰਟ ਤੇ ਲਾ ਲਾ ਕਿੱਦਾਂ ਲੰਡੇ ਦੀ ਚਾਰ ਦੁਆਰੀ ਕੀਤੀ ਸੀ ਤੂੰ ਲੰਡੇ ਦਾ ਨਹੀਂ ਤੇ ਹੋਟਲ ਜਵਾਈ ਦਾ ਹੁਣ ਦੱਸਾਂ ਚਾਰ ਆ ਹੋਰ ਕਿੱਥੇ ਦਾ ਇਹ ਪੁੱਤੋ ਅਮਰੀਕਾ ਤੋਂ ਆ ਕੇ ਨਾ ਮੇਰੇ ਮਾਮੂ ਨੇ ਲੰਡੇ ਤੋਂ ਲੈ ਕੇ ਦਿੱਤਾ ਮਾਮੂ ਜੀ ਆ ਕੇ ਅਮਰੀਕਾ ਨੇ ਤੇਰੀ ਫੈਮਿਲੀ ਦਾ ਮੂੰਹ ਐਦਾਂ ਦਾ ਸਾਂਗਲਾ ਨੰਗੇ 3 ਵਾਰੀ ਤਲਾਸ਼ੀ ਹੁੰਦੀ ਉਹਨਾਂ ਦੀ ਸਾਲਿਆਂ ਦਾ ਤੇ ਖੂੰਬੜ ਹੀ ਐਦਾਂ ਦੇ ਆ ਯਕੀਨ ਕਰਕੇ ਜਾਣੀ ਇਹਦਾ ਵੀ ਬਾਤ ਕਿਹਨ ਗੱਲ ਸਹੀ ਇਹਦਾ ਇਹਦਾ ਵੀੜ ਕੁਛ ਵੀ ਨਹੀਂ ਅੱਗੇ ਨੂੰ ਪਰਜਾਈ ਦਾ ਇਹਦੇ ਤੋਂ ਵੀ ਅੱਗੇ ਨੂੰ ਉਹ ਤੇ ਵਿਹੜੇ 'ਚ ਤੁਰੀ ਜਾਵੇ ਲੱਗਦਾ ਚੁੱਲ੍ਹੇ 'ਚ ਫੂਕ ਮਾਰਨ ਚੱਲ ਸਾਲਾ ਜਹਾਜ਼ ਤੇ ਬਹਿ ਗਿਆ ਫੋਨ ਕਰੀ ਜਾਵੇ ਘਰ ਕਹਿੰਦਾ ਮੈਂ ਬਾਹਰ ਚੱਲਾਂ ਮੈਂ ਬਾਹਰ ਚੱਲਾਂ ਜਹਾਜ਼ ਤੇ ਬੈਠਾ ਮੈਂ ਬਾਹਰ ਚੱਲਾਂ ਇੱਕ ਬੰਦਾ ਪਿੱਛੇ ਖਲੋਤਾ ਸੀ ਕਹਿੰਦਾ ਜਿਹੜੇ ਜਹਾਜ਼ ਤੋਂ ਤੂੰ ਬੈਠਾ ਅੰਦਰ ਚੱਲਾ ਕਿਹੜੇ ਜਹਾਜ਼ ਤੇ ਬੈਠਾ ਤੇਰੀ ਭੈਣ ਉਹ ਹੀ ਥਾਂ ਸਾਲਾ ਇਹਨੇ ਇਹਨੂੰ ਵੱਡਾ ਮੁੰਡਾ ਕਹਿੰਦਾ ਅੱਬਾ ਜਹਾਜ਼ ਕਿੱਦਾਂ ਦਾ ਹੁੰਦਾ ਤੇ ਉਹਨੂੰ ਸਮਝਾਉਂਦਿਆ ਕਹਿੰਦਾ ਸਾਰੇ ਆ ਜਾਓ ਕਦੀ ਨਹੀਂ ਵੇਖਿਆ ਕਹਿੰਦਾ ਨਹੀਂ ਸਾਰੇ ਨਿਆਣੇ ਭਾਗ ਕੇ ਕਹਿੰਦਾ ਪੁੱਤ ਇਦਾਂ ਦਾ ਜਹਾਜ਼ ਹੁੰਦਾ ਇੱਥੇ ਟਾਇਰ ਲਮਕਦੇ ਉਹਦੇ ਨਿਆਣੇ ਚੁੱਪ ਕਰਕੇ ਪਿੱਛੇ ਦੀ ਬੁੱਢੀ ਬੈਠੀ ਸੀ ਮੈਂ ਕੰਜਰਾ ਕਹਿੰਦੀ ਮੂੰਹ ਤੇ ਗਲਵੇਟਿਆ ਟਾਇਰ ਕਹਿੰਦਾ ਛਾਉਣੀ ਚ ਜਾਣਾ ਹੁੰਦਾ ਨਾ ਮੂੰਹ ਤੇ ਸੱਟ ਨਾ ਲਾ ਕੇ ਇਹ ਵੀ ਬੁੱਢੀ ਕਹਿੰਦੀ ਸਵਾਰੀਆਂ ਕਿੱਦਾਂ ਆਉਂਦੀਆਂ ਕਹਿੰਦਾ ਤੈਨੂੰ ਪਤਾ ਹੀ ਆ ਤੂੰ ਬਹਿੰਦੀ ਤੇ ਆ ਇੰਜ ਕਰਕੇ ਸਵਾਰੀ ਆਉਂਦੀ ਜਹਾਜ਼ ਤੇ ਮੈਨੂੰ ਜਹਾਜ਼ ਆਈ ਹੁੰਦਾ ਟਾਇਰ ਤਾਂ ਚੜ ਜਾਂਦਾ ਇਹਦਾ ਵੱਡਾ ਮੁੰਡਾ ਕਹਿੰਦਾ ਆਪਾਂ ਫੇਰ ਕਹਿੰਦਾ ਫੇਰ ਪੁੱਤ ਸਵਾਰੀ ਉੱਤੇ ਬਹਿੰਦੀ ਉਹ ਪਾਇਲਟ ਤੇ ਫੜ ਲੈਂਦੀ ਮੋਢੇ ਅੱਛਾ ਹੁਣ ਮੇਰੀ ਗੱਲ ਮੇਰੀ ਗੱਲ ਸੁਣੋ ਕਾਕਾ ਮੇਰੇ ਵਾਸਤੇ ਨਾਸ਼ਤਾ ਮੇਰੇ ਕਮਰੇ ਵਿੱਚ ਆਓ ਫੌਰਨ ਅੱਛਾ ਜਾਓ ਕਮਰੇ ਦੇ ਰਿਸ਼ਤੇ ਵਾਲੇ ਆਉਣ ਤੇ ਮੈਨੂੰ ਜ਼ਰੂਰ ਬੁਲਾਉਣਾ ਹਾਂਜੀ ਸਾਹਿਬ ਜੀ ਮੈਂ ਗਿਆ ਵਾ ਉਹਨਾਂ ਨੂੰ ਦੱਸਿਆ ਨਹੀਂ ਮੈਂ ਦੋ ਬੰਦੇ ਨੂੰ ਗਿਆ ਤੇ ਕੁੜੀਆ ਤੂੰ ਜਰਾ ਨਾ ਕੰਮ ਧਿਆਨ ਨਾ ਕਰਿਆ ਕਰ ਮੇਰੇ ਕੋਲ ਹੀ ਹੋਣਾ ਹਾਂ ਗਾਹ ਘਟ ਗਿਆ ਜਰਾ ਨਾ ਆਪਣਾ એનર્ਜੀ ਪੈਦਾ ਕਰ ਲੇਕਿਨ ਨੀਕ ਕਰੇ ਸ਼ਾਪਰਾਂ ਚ ਬਾਬਾ ਦਈ ਜਾਈਏ ਆ ਤੈਨੂੰ ਕਿੰਨੀ ਵਾਰੀ ਗਿਆ ਸਾਹਿਬ ਤੇ ਹੁੰਦੇ ਆ ਨਾ ਆਇਆ ਕਰ ਮੈਂ ਤੈਨੂੰ ਮਿਲਣ ਆਈ ਆ ਤੇ ਹੋਰ ਥੋੜੇ ਆ ਨੇ ਜਿਨ੍ਹਾਂ ਨੂੰ ਮੈਂ ਮਿਲਣਾ ਲੈ ਫੇ ਉਹਨਾਂ ਨੂੰ ਮਿਲ ਲੈ ਫੇ ਮੇਰਾ ਜ਼ੋਰ ਘੱਟ ਲੱਗੂਗਾ